ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਆਪਾਂ ਨਰਮਾ ਬੀਜਿਆ ਬੈੱਡਾਂ ਦੇ ਉੱਤੇ, ਸੁੱਕੇ ਦੇ ਵਿੱਚ ਨਰਮਾ ਬੀਜ ਕੇ ਉੱਤੋਂ ਪਾਣੀ ਛੱਡਿਆ ਖਾਲੀਆਂ ਦੇ ਵਿੱਚ, ਅਤੇ ਇਹ ਤੁਸੀਂ ਦੇਖ ਰਹੇ ਹੋਵੋਗੇ ਵੀ ਇੱਕ ਖਾਲੀ ਦੇ ਵਿੱਚ ਪਾਣੀ ਹੈਗਾ, ਇੱਕ 'ਚ ਨਹੀਂ ਗਾ। ਵੀ ਆਪਾਂ ਇੱਕ ਖਾਲੀ 'ਚ ਪਾਣੀ ਛੱਡਿਆ, ਇੱਕ 'ਚ ਨਹੀਂ ਛੱਡਿਆ, ਇੱਕ ਖਾਲੀ ਸੁੱਕੀ ਰੱਖੀ ਹੈ, ਇੱਕ 'ਚ ਪਾਣੀ ਛੱਡਿਆ, ਵੀ ਇਹਦਾ ਕੀ ਕਾਰਨ ਹੈ? ਅਤੇ ਆਪਾਂ ਬੈੱਡਾਂ 'ਤੇ ਨਰਮਾ ਕਿਉਂ ਬੀਜਿਆ, ਕਿੰਨੇ ਫੁੱਟ 'ਤੇ ਬੀਜਿਆ, ਅਤੇ ਇਹ ਵੀ ਆਪਾਂ ਗੱਲ ਕਰਾਂਗੇ ਅਤੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ 'ਚ। ਆਪਾਂ ਨੂੰ ਬੈੱਡ 'ਤੇ ਨਰਮਾ ਕਿਉਂ ਬੀਜਣਾ ਚਾਹੀਦਾ ਜਾਂ ਇਹਦਾ ਕੀ ਫਾਇਦਾ ਹੈਗਾ, ਅਤੇ ਆਪਾਂ ਐਵੇਂ ਕਿਉਂ ਕਰਿਆ ਵੀ ਇੱਕ ਖਾਲੀ 'ਚ ਪਾਣੀ ਹੈਗਾ, ਇੱਕ 'ਚ ਹੈ ਨਹੀਂ ਗਾ। ਤਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ। ਬਹੁਤ ਦਿਨ ਹੋ ਗਏ ਵੀਡੀਓ ਨਹੀਂ ਬਣੇਗੀ, ਕੰਮਾਂ ਕਾਰਾਂ 'ਚ ਬਿਜ਼ੀ ਸੀਗੇ। ਐਡਾ ਕੋਈ ਆਪਣੀ ਯੂਟਿਊਬ ਤੋਂ ਅਰਨਿੰਗ ਹੈ ਨਹੀਂ ਵੀ ਕੰਮ ਛੱਡ ਕੇ ਵੀਡੀਓ ਬਣਾ ਲਈਏ, ਤਾਂ ਕਰਕੇ ਤੁਹਾਡੀ ਸਪੋਰਟ ਦੀ ਲੋੜ ਹੈ, ਜ਼ਰੂਰ ਕਰਿਓ। ਕਿਉਂਕਿ ਗੁਲਾਬੀ ਸੁੰਡੀ ਦਾ ਸੀਜ਼ਨ ਆ ਗਿਆ ਅਤੇ ਵਧੀਆ ਵਧੀਆ ਆਪਾਂ ਵੀਡੀਓ ਪਾਵਾਂਗੇ ਤੁਹਾਨੂੰ ਫਾਇਦੇ ਵਾਲੀਆਂ। ਅਤੇ ਹੁਣ ਕਿਉਂਕਿ ਪੂਰੀ ਜਿਹਨੇ ਵੀ ਨਰਮਾ ਲਾਇਆ ਤਾਂ ਜ਼ਿਮੀਂਦਾਰਾਂ ਦੀ ਲੁੱਟ ਸ਼ੁਰੂ ਹੋਣ ਵਾਲੀ ਹੈ, ਤਾਂ ਉਹਦੇ 'ਤੇ ਆਪਾਂ ਵੀਡੀਓ ਪਾਉਂਦੇ ਰਹਾਂਗੇ। ਜੇ ਸਾਡੇ ਨਾਲ ਜੁੜੇ ਰਹੋਗੇ ਤਾਂ ਤੁਹਾਡਾ ਵਾਹਵਾ ਖਰਚਾ ਘੱਟ ਸਕਦਾ। ਤਾਂ ਬੇਨਤੀ ਵਾਲੀ ਗੱਲ ਹੈ ਵੀ ਵੀਡੀਓ ਪੂਰੀ ਦੇਖਿਓ। ਹੁਣ ਇਹਦੇ 'ਚ ਆਪਾਂ ਬਈ ਕੀ ਕਰਿਆ ਵੀ ਆਪਾਂ ਨਰਮਾ ਬੀਜਿਆ। ਪਹਿਲਾਂ ਆਪਾਂ ਕਪਾਹ ਬੀਜੀ ਸੀ, ਉਹਦਾ ਆਪਾਂ ਰੱਖਿਆ ਸੀਗਾ ਸੈਂਟਰ ਦੇ ਵਿੱਚ ਓੜਾ, ਅਤੇ ਉਹਦੇ 'ਚ ਆਪਾਂ ਨੂੰ ਦਿੱਕਤ ਆ ਗਈ ਸੀ ਵੀ ਸੈਂਟਰ 'ਚ ਜਿਹੜਾ ਓੜਾ ਸੀਗਾ, ਜਮ੍ਹਾਂ ਸੈਂਟਰ 'ਚ ਆਪਾਂ ਇੱਕ ਹੀ ਓੜਾ ਰੱਖਿਆ ਸੀ ਇੱਕ ਬੈੱਡ ਦੇ ਉੱਤੇ। ਬੈੱਡ ਹੈਗਾ ਲਗਭਗ 3 ਫੁੱਟ ਦਾ, ਮੰਨ ਲਓ ਟਰੈਕਟਰ ਦੇ ਜਿਹੜੇ ਆਪਣੇ ਟਾਇਰ ਹੁੰਦੇ ਆ, ਇਹ ਜਿਹੜੀ ਖਾਲੀਆਂ ਦੋਨੇ ਖਾਲੀਆਂ ਦੋਨੇ ਟਾਇਰਾਂ ਦੇ ਸੀਧ 'ਚ ਹੈਗੀਆਂ, ਵਿਚਾਲੇ ਬੈੱਡ ਹੈ, ਉਹ ਤੁਸੀਂ ਲਾ ਲਓ ਹਿਸਾਬ। ਅਤੇ ਕਪਾਹ ਬੀਜੀ ਸੀ, ਉਹ ਘੱਟ ਉੱਗੀ ਜਾਂ ਉੱਗੀ ਔਖੀ ਉੱਗੀ ਉਹ, ਕਿਉਂਕਿ ਵਿਚਾਲੇ ਸੈਂਟਰ ਤਾਂ ਹੀ ਗਿੱਲ ਬਹੁਤ ਔਖੀ ਜਾਂਦੀ ਹੈ। ਹੁਣ ਇਸ ਵਾਰੀ ਆਪਾਂ ਉਹਨੂੰ ਸਾਈਡ 'ਤੇ ਕਰਤਾ ਥੋੜ੍ਹਾ ਜਿਹਾ, ਹੁਣ ਆਪਾਂ ਕਰਤਾ ਪੂਰਾ ਨੈੱਟ ਇੱਕ ਗਿੱਠ ਸਾਈਡ 'ਤੇ, ਵੀ ਆਪਾਂ ਕਹਿ ਸਕਦੇ ਹਾਂ ਵੀ ਆਹ ਖਾਲੀ ਹੈਗੀ ਆ, ਆਹ ਪਾਣੀ ਹੈ, ਅਤੇ ਆਹ ਇੱਥੇ ਇਹ ਓੜਾ ਹੈ, ਇਹ ਪੂਰਾ ਇੱਕ ਗਿੱਠ ਓੜਾ ਹੈ ਦੂਰ ਬੈੱਡ ਤੋਂ। ਆਪਾਂ ਇਹ ਤੋਂ ਨੇੜੇ ਵੀ ਕਰ ਸਕਦੇ ਸੀਗੇ, ਨੇੜੇ ਦਾ ਕਾਰਨ ਇਹ ਸੀਗਾ ਵੀ ਬੈੱਡ ਪਲਾਂਟਰ ਹੈ ਜਿਹੜਾ, ਉਹਦੇ ਪਿੱਛੇ ਪੱਤਰਾ ਲੱਗਿਆ ਹੁੰਦਾ, ਅਤੇ ਉਹ ਥੋੜ੍ਹਾ ਜਿਹਾ ਖਾਲੀ ਤੋਂ ਬਾਹਰ ਚੱਲਦਾ ਹੁੰਦਾ ਪੱਤਰਾ। ਪਹਿਲੀ ਵਾਰੀ ਗੇੜਾ ਜਾਂਦਾ ਉਦੋਂ ਤਾਂ ਠੀਕ ਹੈ, ਜਦੋਂ ਦੂਜੀ ਵਾਰੀ ਖਾਲੀ ਦੇ ਵਿੱਚ ਟਾਇਰ ਹੁੰਦਾ ਟਰੈਕਟਰ ਦਾ, ਅਤੇ ਉਹ ਜਿਹੜਾ ਪਿਛਲਾ ਓੜਾ ਹੁੰਦਾ ਇਹਨੂੰ ਵੀ ਜਾਂਦਾ ਹੋਇਆ, ਇਸ ਨੂੰ ਇੱਥੋਂ ਮਿੱਟੀ ਪਾਉਂਦਾ ਜਾਂਦਾ, ਵੀ ਆਹ ਤੁਸੀਂ ਦੇਖ ਸਕਦੇ ਹੋ ਇੱਥੋਂ ਮਿੱਟੀ ਐਵੇਂ ਪਾਉਂਦਾ ਜਾਂਦਾ ਓੜੇ ਦੇ ਉੱਤੇ ਪੈਂਦੀ ਹੈ, ਫਿਰ ਤਾਂ ਵੀ ਜਰਮੀਨੇਸ਼ਨ 'ਚ ਦਿੱਕਤ ਆਊਗੀ ਆਪਾਂ। ਤਾਂ ਕਰਕੇ ਹੁਣ ਇਸ ਜਿਹੜੀ ਖਾਲੀ ਦੇ ਵਿੱਚ ਪਾਣੀ ਚੱਲੀ ਜਾਂਦਾ, ਇਹਦੇ ਦੋਨੇ ਪਾਸੇ ਮੰਨ ਕੇ ਚੱਲੋ ਵੀ ਨਰਮੇ ਦੇ ਓੜੇ ਹੈਗੇ ਹੈ, ਠੀਕ ਹੈ। ਅਤੇ ਕਿਉਂਕਿ ਆਪਾਂ ਟਰੈਕਟਰ ਲਾਉਣੇ ਹੈ, ਉਸੇ ਖਾਲੀ ਦੇ ਵਿੱਚ ਦੁਬਾਰੇ ਪਾ ਕੇ ਵੀ ਹਲਾਂ ਜਿਹੜੀ ਹੈਗੀ ਹਲਾਂ ਨਹੀਂ ਵਲਦੇ ਗੇ, ਵੀ ਨਾਲ ਦੀ ਨਾਲ ਹੀ ਗੇੜੇ ਲਾਉਣੇ ਹੈ, ਤਾਂ ਉਹ ਜਿਹੜੇ ਪਾਸੇ ਵੀ ਬੀ ਪੈਂਦਾ ਉਹੀ ਦੁਬਾਰੇ ਆ ਕੇ ਖਾਲੀ ਦੇ ਦੂਜੇ ਪਾਸੇ ਹੋ ਜੂਗਾ, ਫਿਰ ਅਗਲੀ ਖਾਲੀ ਬਿਨਾਂ ਬੀ ਤੋਂ ਰਹਿ ਜੂਗੀ, ਇਹਦੇ ਦੋਨੇ ਪਾਸੇ ਕੋਈ ਬੀ ਨਹੀਂ ਗਾ, ਉਦੋਂ ਅਗਲੇ ਪਾਸੇ ਫਿਰ ਐਵੇਂ ਹੋਊਗਾ। ਹੁਣ ਇਹਦਾ ਇਹ ਚੀਜ਼ ਬਣੂਗੀ ਵੀ 2.5 ਫੁੱਟ ਤੋਂ ਤਾਂ ਓੜਾ ਹੋ ਗਿਆ, ਇਹ ਦੋ ਓੜੇ ਤਾਂ ਹੋ ਗਏ 2.5 ਫੁੱਟ ਦੀ ਦੂਰੀ 'ਤੇ,
ਤੇ ਜਿਹੜੇ ਉਦੋਂ ਅਗਲੇ ਓੜੇ ਹੈਗੇ ਆ ਵੀ ਉਦੋਂ ਅਗਲੀ ਇੱਕ ਖਾਲੀ ਛੱਡ ਕੇ ਤੇ ਅੱਗੇ ਹੈ ਤੇ ਉਹ ਲਗਭਗ 6 ਫੁੱਟ ਤੇ ਅਗਲਾ ਓੜਾ ਉੱਠ ਗਿਆ ਵੀ 2 ਓੜੇ 2.5 ਫੁੱਟ ਤੇ ਉਦੋਂ ਅੱਗੇ 2 ਓੜੇ ਫਿਰ 6 ਫੁੱਟ ਤੋਂ ਬਾਅਦ ਫਿਰ 2 ਓੜੇ 2.5 ਫੁੱਟ ਤੇ 6 ਫੁੱਟ ਤੋਂ ਬਾਅਦ ਫਿਰ 2 ਓੜੇ 2.5 ਫੁੱਟ ਤੇ ਤਾਂ ਇਹਦਾ ਆਪਾਂ ਨੂੰ ਕੋਈ ਲੋਸ ਨਹੀਂ ਹੋਣਾ ਗਾ ਕਿਉਂਕਿ ਇਸ ਵਾਰੀ ਨਰਮਾ ਬਿਰਲਾ ਬੀਜਣਾ ਆਪਾਂ ਪਤਾ ਹੈ ਸਾਰਿਆਂ ਨੂੰ ਪਤਾ ਵੀ ਬਿਰਲਾ ਨਰਮਾ ਬੀਜਾਂਗੇ ਤਾਂ ਹੀ ਹੋਊਗਾ ਗੁਲਾਬੀ ਸੁੰਡੀ ਦਾ ਅਟੈਕ ਪਿਛਲੀ ਵਾਰੀ ਆਇਆ ਸੀ ਇਸ ਵਾਰੀ ਵੀ ਆਊਗਾ ਗੁਲਾਬੀ ਸੁੰਡੀ ਕੰਟਰੋਲ ਹੋ ਜਾਂਦੀ ਹੈ ਨਰਮਾ ਬਿਰਲਾ ਬੀਜਣ ਦਾ ਕਾਰਨ ਗੁਲਾਬੀ ਸੁੰਡੀ ਨਹੀਂ ਗਾ ਨਰਮਾ ਬੀਜਣ ਦਾ ਕਾਰਨ ਹੈਗਾ ਜਿਹੜੀ ਫੰਗਸ ਪਈ ਸੀ ਆਪਣੇ ਟਿੰਡੇ ਗਲੇ ਸੀਗੇ ਨਰਮੇ ਦੇ ਪਿਛਲੇ ਵਾਰੀ ਵੀ ਉਹਨੇ ਟਿੰਡੇ ਕਾਣੇ ਹੈ ਨਹੀਂ ਸੀਗੇ ਕਾਣੇ ਚਲੋ ਅੱਧੇ ਮੰਨ ਲਓ ਟਿੰਡੇ ਪਰ ਗਲੇ ਵਾਲੇ ਸੀਗੇ ਉਹ ਗਲੇ ਉਸ ਨਰਮੇ ਦੇ ਟਿੰਡੇ ਗਲੇ ਸੀ ਜਿਹੜਾ ਸੰਘਣਾ ਸੀਗਾ ਜਿਹੜਾ ਤਕੜਾ ਸੀਗਾ ਜਿਹਦੇ ਵਿੱਚ ਹਵਾ ਨਹੀਂ ਪੈਂਦੀ ਸੀ ਤਾਂ ਹੁਣ ਇਸ ਨਰਮੇ 'ਚ ਆਪਾਂ ਦੇਖਾਂਗੇ ਵੀ ਇਹਦੇ 'ਚ ਜਦੋਂ ਜਰਮੀਨੇਸ਼ਨ ਹੋ ਗਈ ਨਰਮਾ ਵਧੀਆ ਹੋ ਗਿਆ ਤਾਂ ਜਿਹੜਾ ਹਵਾ ਅਤੇ ਧੁੱਪ ਹੈ ਉਹ ਪੂਰੀ ਪ੍ਰੋਪਰ ਪਹੁੰਚੂਗੀ ਤਾਂ ਫੰਗਸ ਜਿਹੜੀ ਹੈਗੀ ਹੈ ਅਤੇ ਉਹ ਨਹੀਂ ਪੈਣੀਗੀ ਕਿਉਂਕਿ ਪਿਛਲੇ ਵਾਰ ਵੀ ਜਿਹੜੇ ਵਿਰਲੇ ਨਰਮੇ ਸੀ ਉਹਨਾਂ 'ਚ ਫੰਗਸ ਨਹੀਂ ਪਈ ਸੀ ਇਹਦੇ 'ਚ ਆਪਾਂ ਬੀਜ ਬੀਜਿਆ ਟਾਟਾ ਦਿੱਗਜ ਪਿਛਲੀ ਵਾਰੀ ਆਪਣੇ ਸੀਗਾ 5 ਕੁਇੰਟਲ ਬੀਘੇ ਦਾ ਹੋਇਆ ਸੀ ਸੋਹਣਾ ਨਰਮਾ ਸੀਗਾ ਅਤੇ ਸਾਰਾ ਖਿੜ ਗਿਆ ਸੀ ਸੁੰਡੀ ਦੀ ਦਿੱਕਤ ਨਹੀਂ ਆਈ ਸੀ ਐਂ ਹੈ ਨਹੀਂ ਗਾ ਵੀ ਇਸ ਬੀਜ ਸੁੰਡੀ ਦੀ ਦਿੱਕਤ ਨਹੀਂ ਆਉਂਦੀ ਗੀ ਸੁੰਡੀ ਪੈਂਦੀ ਹੈ ਪਰ ਇਹਦਾ ਕਾਰਨ ਇਹ ਸੀਗਾ ਜਦੋਂ ਉਹਨੂੰ ਸੁੰਡੀ ਦਾ ਟਾਈਮ ਆਇਆ ਸੀਗਾ 8ਵੇਂ ਮਹੀਨੇ ਦੀ 25 ਤਰੀਕ ਦਾ ਉਦੋਂ ਨੂੰ ਇਹਦੇ ਸਾਰੇ ਟਿੰਡੇ ਬਣ ਚੁੱਕੇ ਸੀਗੇ ਅਤੇ ਨਰਮਾ ਪੀਲਾ ਜਿਹਾ ਹੋ ਗਿਆ ਸੀਗਾ ਟਿੰਡੇ ਬਣ ਕੇ ਅਤੇ ਤਾਂ ਕਰਕੇ ਆਪਣਾ ਵਧੀਆ ਹੋ ਗਿਆ ਸੀ ਨਰਮਾ ਇਹ 'ਚ ਦਿੱਕਤ ਨਹੀਂ ਹੋਈ ਸੀ ਦੂਜਾ ਨਰਮਾ ਸੀਗਾ 926 ਸੀ ਕੁਛ ਹੋਰ ਸੀ ਉਹਦੇ 'ਚ ਦਿੱਕਤ ਆਈ ਸੀ ਉਹ ਕਿਉਂ ਉਹਦੇ ਟਿੰਡੇ ਥੋੜ੍ਹੇ ਜਿਹੇ ਲੇਟ ਤਿਆਰ ਹੁੰਦੇ ਤਾਂ ਕਰਕੇ ਜਦੋਂ ਟਿੰਡੇ ਤਿਆਰ ਹੋਣੇ ਸੀ ਪੂਰਾ ਫਲ ਦਾ ਜ਼ੋਰ ਸੀ ਉਦੋਂ ਗੁਲਾਬੀ ਸੁੰਡੀ ਦਾ ਅਟੈਕ ਹੋ ਗਿਆ ਅਤੇ ਉਹ ਉਨਾ ਵਧੀਆ ਨਹੀਂ ਹੋਇਆ ਜਿੰਨਾ ਇਹ ਹੋਇਆ ਤਾਂ ਕਰਕੇ ਆਪਾਂ ਟਾਟਾ ਦਿੱਗਜ ਨਰਮਾ ਲਾਇਆ ਇੱਕ ਖਾਲੀ 'ਚ ਪਾਣੀ ਛੱਡਿਆ ਇੱਕ 'ਚ ਨਹੀਂ ਛੱਡਿਆ ਇਹਦਾ ਮਤਲਬ ਇਹ ਹੋਇਆ ਵੀ ਆਪਣਾ ਅੱਧਾ ਪਾਣੀ ਲੱਗਿਆ ਵੀ ਵੈਸੇ ਵੀ ਬੈੱਡਾਂ 'ਤੇ ਬੀਜਦੇ ਖਾਲੀਆਂ 'ਚ ਪਾਣੀ ਲਾਉਣੇ ਆ ਤਾਂ ਊਂ ਆਪਣੀ 2 ਬੀਘੇ ਮੋਟਰ ਲਾਉਂਦੀ ਹੈ ਮਸਾਂ ਦਿਹਾੜੀ 'ਚ 6 ਘੰਟੇ ਲਾਈਟ ਆਉਂਦੀ ਹੈ ਸਾਡੇ 2 ਬੀਘੇ ਲੱਗਦੇ ਆ ਜੇ ਐਵੇਂ ਲਾਈਏ ਤਾਂ ਆਪਾਂ 4-5 ਬੀਘੇ ਲੱਗ ਜਾਂਦੇ ਖਾਲੀਆਂ 'ਚ ਹੁਣ ਜਦੋਂ ਇੱਕ ਖਾਲੀ ਫਿਰ ਛੱਡ ਕੇ ਲਾਤਾ ਆਪਾਂ ਤਾਂ ਦੇਖ ਲਓ 10 ਬੀਘੇ ਲੱਗ ਜਾਣਗੇ 5 ਗੁਣਾ ਪਾਣੀ ਦਾ ਫਰਕ ਪੈ ਜੂਗਾ 5 ਗੁਣਾ ਪਾਣੀ ਦੀ ਖਪਤ ਘੱਟ ਹੋਊਗੀ ਅਤੇ ਬੈੱਡ ਵੀ ਵਧੀਆ ਬਣੇ ਆ ਅਸੀਂ ਰਾਤ ਪਾਣੀ ਦੀ ਵਾਰੀ ਸੀਗੀ ਅਤੇ ਆਪਾਂ ਨੇ ਇਹਨੂੰ 13-13 ਪਾਣੀ ਛੱਡਤਾ ਉਸ ਤੋਂ ਬਾਅਦ ਪਾਣੀ ਸੁੱਕ ਗਿਆ ਅਤੇ ਬਾਅਦ 'ਚ ਫਿਰ 13-13 ਪਾਣੀ ਛੱਡਤਾ ਅਤੇ ਹੁਣ ਜਿਹੜੀ ਸਲਾਬ ਹੈਗੀ ਹੈ ਇਹ ਪੂਰੀ ਵਧੀਆ ਓੜੇ ਤਾਂ ਪਹੁੰਚ ਜੂਗੀ ਅਤੇ ਜਰਮੀਨੇਸ਼ਨ ਵਧੀਆ ਹੋਊਗਾ ਤਾਂ ਠੀਕ ਹੈ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤੁਹਾਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨਾਲ ਜੁੜੇ ਰਹੋ ਵੀਡੀਓ ਪੂਰੀ ਦੇਖਣ ਵਾਸਤੇ ਧੰਨਵਾਦ ਮਿਹਰਬਾਨੀ।